ਅੱਜ ਦੀ ਜਿਹੜੀ ਪ੍ਰੈਸ ਨਾਲ ਜੋ ਮੀਟ ਹੋਈ ਹੈ, ਮੇਨ ਏਜੰਡਾ ਕਹਿ ਲਓ ਜਾਂ ਇੱਕ ਅਸੀਂ ਇੱਕ ਨੋਟਿਸ ਇਸ਼ੂ ਕੀਤਾ ਟੂ ਸੁਖਬੀਰ ਸਿੰਘ ਬਾਦਲ, MLA ਜਲਾਲਾਬਾਦ, ਹਰਸਿਮਰਤ ਕੌਰ ਬਾਦਲ ਯੂਨੀਅਨ ਮਿਨਿਸਟਰ, ਅਤੇ ਉਹਨਾਂ ਦਾ ਉਹਦਾ ਬ੍ਰਦਰ ਹੈ ਬਿਕਰਮ ਮਜੀਠੀਆ। ਇਹਨਾਂ ਜੋ ਐਲੀਗੇਸ਼ਨਸ ਮੇਰੇ ਖਿਲਾਫ ਹਰ ਇੱਕ ਸਟੇਜ 'ਤੇ ਬੋਲਦੇ ਹਾਂ ਕਿ ਜੋ ਟੈਕਸ, ਗੁੰਡਾ ਟੈਕਸ ਦੇ ਐਲੀਗੇਸ਼ਨਸ ਲਗਾਉਂਦੇ ਆ ਮੇਰੇ ਉੱਤੇ, ਇਹ ਮੈਂ ਉਹਨਾਂ ਤੋਂ ਉਹਨਾਂ 'ਤੇ 15 ਕਰੋੜ ਦਾ ਮਾਨਹਾਨੀ ਦਾ ਦਾਅਵਾ ਕੀਤਾ ਕਿ ਜੇ ਜਾਂ ਤਾਂ ਇਹ ਮਾਫ਼ੀ ਮੰਗ ਲੈਣ ਹਫ਼ਤੇ ਤੱਕ, ਅਤੇ ਇਹ ਜੋ ਟੈਕਸ ਲੈਣਾ ਅਤੇ ਸਟੇਜਾਂ 'ਤੇ ਕਹਿਣਾ ਬੰਦ ਕਰਨ, ਅਦਰਵਾਈਜ਼ ਵਿਦ ਇਨ ਵੀਕ ਅਸੀਂ ਇਹਨਾਂ 'ਤੇ ਸਿਵਲ ਅਤੇ ਕ੍ਰਿਮੀਨਲ ਸੂਟ ਫਾਈਲ ਕਰ ਰਹੇ ਹਾਂ।